ਤੁਹਾਡਾ ਕੀ ਨਾਂ ਹੈ ਤੇ ਜਿਹੜੇ ਲੁੱਟਕ ਹੋਈ ਹੈ ਤੁਹਾਡੇ ਨਾਲ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਸਰ ਮੈਂ ਵਿਕਾਸ ਬੰਸਲ ਸਟੈਂਪ ਪੇਪਰ ਸਟੈਂਪ ਬੈਟਰ ਕੰਮ ਕਰਦਾ ਜੀ ਡੀਸ਼ੋ ਵਿੱਚ ਅਤੇ ਮੈਂ ਦਫ਼ਤਰ ਬੰਦ ਕਰਕੇ ਆਪਣੇ ਘਰੇ ਜਾ ਰਿਹਾ ਸੀ ਅਤੇ ਡੀ ਏ ਵੀ ਕਾਲਜ ਕੋਲ ਮੈਂ ਜਦੋਂ ਆਇਆ ਤਾਂ ਤਿੰਨ ਮੁੰਡੇ ਸੀ, ਉਹਨਾਂ ਨੇ ਮੂੰਹ 'ਚ ਪੰਨਾ ਬੰਨਿਆ ਸੀ ਅਤੇ ਉਹਨਾਂ ਨੇ ਮੇਰੇ ਟੱਕਰ ਮਾਰੀ ਜ਼ੋਰ ਕੇ ਵੱਟ ਗਏ ਸਕੂਟਰੀ 'ਚ ਅਤੇ ਗਲਤ ਸਾਈਡ ਤੋਂ ਆ ਗਏ ਅਤੇ ਮੈਂ ਜਦੋਂ ਉਹਨਾਂ ਕੋਲੋਂ ਇੱਕ ਜੋੜਾ ਉਹਨਾਂ ਨੂੰ ਉੱਤਰ ਕੇ ਵੇਖਿਆ ਤਾਂ ਉਹਨਾਂ ਨੇ ਮੇਰਾ ਬੈਗ ਚੁੱਕ ਕੇ ਮੇਰਾ ਭੱਜ ਗਏ ਜੀ। ਕੀ ਉਹਦੇ 'ਚ ਪੈਸੇ ਸੀਗੇ, ਕੀ ਹੋਰ ਸਮਾਨ ਸੀ? 3 ਲੱਖ ਰੁਪਏ ਮੇਰਾ ਕੈਸ਼ ਪਿਆ ਸੀ ਜੀ, ਇੱਕ ਮੇਰਾ ਲੈਪਟੋਪ ਪਿਆ ਸੀ ਵਿੱਚ ਅਤੇ 2 ਰਿਸ਼ਤੇ ਸੀ ਮੇਰੇ, 1-2 ਰਿਸ਼ਤੇ ਸੀ ਜੀ ਅਤੇ 10 ਹਜ਼ਾਰ ਦੀ ਮੇਰੀ ਯੰਗਸਟ ਟਾਈਮ ਸੀ ਅਤੇ 4 ਹਜ਼ਾਰ ਦੀ ਮੈਂ ਕੋਲ ਫੀਸ ਸੀ ਜੀ। ਅਤੇ ਇਹ ਕਿੰਨੇ ਵਜੇ ਦਾ ਵਾਕਿਆ ਹੈਗਾ? 6 ਵਜੇ ਦਾ। ਅਤੇ ਕੀ ਮੰਗ ਕੀ ਕਰਦੇ ਹੋ ਅਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੰਪਲੇਂਟ ਕੀਤੀ ਹੈ ਜੀ? ਕੋਈ ਮੰਗ ਇਹ ਕਰਦੇ ਕਿ ਸਰ ਸਾਡੇ ਪੈਸੇ ਦਵਾਈ ਜਾਣ, ਨਹੀਂ ਤਾਂ ਫਿਰ ਇਹਦਾ ਫਿਰ ਹੋਰ ਆਤਮ ਹੱਤਿਆ ਕਰਨ ਤੋਂ ਫਾਇਦਾ ਹੋਰ ਕੰਮ ਕੀ ਹੋ ਸਕਦਾ ਜੀ? ਸਰ ਇੱਥੋਂ ਕਮਾ ਪੂਰਾ ਕਰਾਂਗੇ 4 ਲੱਖ 3 ਲੱਖ ਰੁਪਇਆ ਆਉਂਦਾ ਜੀ, ਸਾਡੀ ਜ਼ਿੰਦਗੀ ਵੀ ਪੈ ਕਮਾਇਆ ਤੁਸੀਂ ਪਾਇਆ। ਪੁਲਿਸ ਵਾਲੇ ਹੁਣ ਆ ਕੇ ਦੇਖਦੇ ਜੀ? ਹਾਂ ਦੇਖੇਗੇ। ਕੀ ਨਾਮ ਹੈ ਸਰ ਤੁਹਾਡਾ? ਵਿਕਾਸ ਬੰਸਲ ਜੀ। ਬੋਲਾ ਕੀ ਹੈ ਜੋ ਤੁਹਾਡੇ ਧਿਆਨ 'ਚ ਆਇਆ ਜੋ ਲੁੱਟ ਖੋਹ ਆਇਆ? ਸਰ ਅੱਜ ਕਰੀਬ 6 ਵਜੇ ਦੀ ਗੱਲ ਹੈ, ਵਿਕਾਸ ਬਾਂਸਲ ਨੇ ਉਹ ਸਟਾਮ ਫਰੋਜ਼ ਦਾ ਕੰਮ ਕਰ ਰਹੇ ਸੀ, ਘਰ ਜਾ ਰਹੇ ਸੀ, ਜਦੋਂ ਡੀ ਏ ਵੀ ਕਾਲਜ ਜਿਹੜਾ ਹੈਗਾ ਵੂਮੈਨਸ ਦਾ ਉਹਦੇ ਲਾਗੇ ਪਹੁੰਚੇ ਤਾਂ ਕੋਈ ਮੋਟਰਸਾਈਕਲ 'ਤੇ 2 ਜਾਂ 3 ਵਿਅਕਤੀ ਸੀ, ਇਹਨਾਂ ਦੇ ਮੂੰਹ ਬੰਨੇ ਹੋਏ ਸੀ ਪਟਕੇ ਨਾਲ, ਪੀਲੇ ਪਟਕੇ ਨਾਲ, ਉਹ ਉਹਦੇ ਵਿੱਚ ਵੱਜੇ ਨੇ, ਉਹਨਾਂ ਨੇ ਸਕੂਟਰੀ ਦੇ ਵਿੱਚ ਮੋਟਰਸਾਈਕਲ ਮਾਰਿਆ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਅਗਲੇ ਪਾਸੇ ਬੈਗ ਰੱਖਿਆ ਸੀ, ਬੈਗ ਦੇ ਉਹ ਕਿਤੇ ਚਲੇ ਭੱਜੇ। ਸਰ ਕੈਸ਼ ਕਿੰਨਾ ਉਹਨਾਂ ਦਾ ਵਿੱਚ? ਕੈਸ਼ ਅਜੇ ਉਹ ਕਰ ਰਹੇ ਨੇ, ਕਾਊਂਟ ਕਰ ਰਹੇ ਨੇ, ਅਪਰੋਕਸੀਮੇਟ 2.5-3 ਲੱਖ ਰੁਪਏ ਕਹਿ ਰਹੇ ਨੇ, ਬਟ ਅਜੇ ਕਾਊਂਟਿੰਗ ਚੱਲ ਰਹੀ। ਕੋਈ ਮੁਲਜ਼ਮਾਂ ਦੀ ਕੋਈ ਪਹਿਚਾਣ ਹੋ ਪਾਈ ਹੈ? ਅਜੇ ਨਹੀਂ, ਸਹੀ ਤਰਦੀਕ ਕਰ ਰਹੇ ਹਾਂ।